गांव दिवस हाईवे पर विधिपुर के पास अड्डा मानतपुर में सड़क किनारे खड़ी कार में से एक व्यक्ति का शव मिला था जो हत्या का मामला लग रहा था। इस मामले में एसएसपी नवजोत सिंह माल ने प्रेस वार्ता के दौरान बताया कि मृतक अतुल का पकड़े गए आरोपियों से पैसों का लेन देन था जिस कारण उनकी आपस में झड़प भी हुई थी। 22-23 दी रात नो एक डेड बॉडी मिली सीगी विधिपुर फाटक के लागे जिहड़ी कि अनआइडेंटिफाइड सी, जिसनों ट्रेस करने लिए असी एक स्पेशल टीम जलंधर रूरल दी गठित की सी, जिसनों हैड कर रहे सीगे SPD बलकार सिंह जी। तो ये मैं भी वर्णन करूँगा कि SP हैडक्वाटर साढ़े इन्होंने भी ऐतकी बहुत वधिया रोल ये प्ले किया, वह भी नाल सीगे ते नाल ही CIA दी टीम मकसूदा SHO ते DSP करतारपुर सीगे। इन्होंने काफ़ी टाइम ला के एंड टेक्निकली ते ह्यूमन रिसोर्सिज दे थ्रू इस केस नू क्रैक करन दे विच कामयाब रहे ने, जिहदे विच इह गल सामने आई है कि ये जिहड़ा मरन वाला सीगा उहदी पछाण हुई सी अतुल जिहड़ा कि इत्थे लोकल सिटी दा ही रहण वाला, ते जिन्हां ने इहनू मारिया ਉਹ ਗੁਰਵਿੰਦਰ, ਗੁਰਪ੍ਰੀਤ ਅਤੇ ਮਨਦੀਪ ਸ਼ਾਮ ਸਿੰਘ ਦੇ ਲੜਕੇ ਨੇ, ਅਤੇ ਜਿਹੜਾ ਪੰਜਵਾਂ ਉਹਦਾ ਨਾਮ ਰਵਿੰਦਰ ਹੈ ਜੋ ਕਿ ਸ਼ਾਮ ਸਿੰਘ ਦਾ ਪੰਜ ਹੈ। ਇਹਨਾਂ ਪੰਜਾਂ ਦਾ ਲੈਣ ਦੇਣ ਸੀਗਾ ਅਤੁਲ ਦੇ ਨਾਲ ਕੁਛ ਪੈਸਿਆਂ ਦਾ, ਜਿਸ ਸੰਬੰਧ ਵਿੱਚ ਪਹਿਲਾਂ ਵੀ ਇਹਨਾਂ ਦਾ ਇੱਕ ਦੋ ਵਾਰੀ ਟਕਰਾਰ ਹੋਇਆ ਸੀ, ਬਟ 23-22-23 ਦੀ ਰਾਤ ਨੂੰ ਉਹ ਟਕਰਾਰ ਇਸ ਹੱਦ ਤੱਕ ਵੱਧ ਗਿਆ ਕਿ ਇਹਨਾਂ ਪੰਜਾਂ ਨੇ ਉਹਨੂੰ ਫੜ ਕੇ ਅਤੇ ਉਸਦਾ ਕਤਲ ਕਰ ਦਿੱਤਾ, ਜੋ ਕਿ ਇਸ ਕੇਸ ਨੂੰ ਬਲਾਈਂਡ ਮਰਡਰ ਸੀ, ਜੋ ਬਿਲਕੁਲ ਹੀ ਬਲਾਈਂਡ ਸੀ, ਜਿਹਦੇ ਵਿੱਚ ਕੋਈ ਕਲਿਊ ਨਹੀਂ ਸੀ। ਜਲੰਧਰ ਰੂਰਲ ਪੁਲਿਸ ਨੇ ਇਹਨੂੰ 72 ਘੰਟਿਆਂ ਦੇ ਵਿੱਚ ਹੀ ਟਰੇਸ ਕਰਕੇ ਬੜੀ ਵਧੀਆ ਕਾਮਯਾਬੀ ਪ੍ਰਾਪਤ ਕੀਤੀ। ਕਾਰਨ ਕੀ ਸੀ ਜੀ ਮਾਰਨ ਦਾ? ਇਹਨਾਂ ਦੇ ਦੋ ਕਾਰਨ ਸਾਹਮਣੇ ਆ ਰਹੇ ਨੇ ਹਜੇ ਤੱਕ ਮਾਰਨ ਦੇ। ਇੱਕ ਤਾਂ ਇਹ ਸੀਗਾ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ, ਇੱਕ ਇਹਨਾਂ ਦਾ ਆਪਸ ਦੇ ਵਿੱਚ ਬੋਲ ਬੁਲਾਰਾ ਹੋਇਆ, ਆਪਸ ਦੇ ਵਿੱਚ ਟਕਰਾਰ ਹੋਇਆ, ਜਿਸ ਦੇ ਨਤੀਜੇ ਦੇ ਵਿੱਚ ਇਹਨਾਂ ਪੰਜਾਂ ਨੇ ਇਸ ਨੂੰ ਮਰਡਰ ਕਰ ਦਿੱਤਾ। ਸਰ ਮਿਲੇ ਕਿੱਦਾਂ ਸੀ ਆਪਸ 'ਚ? ਇਹ ਹੁਣ ਗੱਲ ਸਾਹਮਣੇ ਆਏਗੀ, ਪੁਰਾਣੇ 2-3 ਸਾਲ ਤੋਂ ਜਿਹੜੇ ਪੰਜੇ ਨੇ ਰਹਿਣ ਵਾਲੇ ਪਿੱਛੋਂ ਅੰਮ੍ਰਿਤਸਰ ਦੇ ਨੇ, ਬਟ ਹੁਣ ਇੱਥੇ ਕਿਰਾਏ 'ਤੇ ਮਕਾਨ ਰਹਿ ਕੇ ਲੈ ਕੇ ਰਹਿ ਰਹੇ ਸੀ, ਅਤੇ ਕਿਸੇ ਦੇ ਥਰੂ ਇਹਨਾਂ ਦਾ ਮੇਲ ਅਤੁਲ ਨਾਲ ਹੋਇਆ ਸੀਗਾ। ਸਰ ਕਿੰਨਾ ਲੈਣ ਦੇਣ ਸੀ, ਕਿੰਨੇ ਦੇ? ਇਹ ਹੁਣ ਹਜੇ ਗੱਲ ਵੈਰੀਫਾਈ ਕਰ ਰਹੇ, ਕੋਈ ਬਹੁਤੀ ਵੱਡੀ ਅਮਾਊਂਟ ਨਹੀਂ ਸੀਗੀ, ਬਟ ਇਹਨਾਂ ਦਾ ਆਪਸੀ ਅਤੁਲ ਦਾ ਜੋ ਪਤਾ ਲੱਗਿਆ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ, ਹੋਰ ਵੀ ਇਹ ਲੋਕਾਂ ਨੂੰ ਪੈਸੇ ਦਿੰਦਾ ਸੀ ਇੰਟਰਸਟ 'ਤੇ, ਅਤੇ ਇਸੇ ਤਰੀਕੇ ਨਾਲ ਇਹਨਾਂ ਨੂੰ ਇਹਨੇ ਪੈਸੇ ਦਿੱਤੇ ਸੀਗੇ। ਸਰ ਕਿੰਨੇ ਪੈਸੇ ਦਿੱਤੇ ਸੀ ਇਹਨਾਂ? ਇਹ ਹਜੇ ਅਸਰਟਨ ਕਰਨ ਵਾਲੀ ਗੱਲ ਹੈ। ਸਰ ਕਿੱਥੋਂ ਫੜਿਆ ਜੀ ਇਹਨਾਂ ਨੂੰ? ਇਹਨਾਂ ਨੂੰ ਅਸੀਂ ਫੜਿਆ ਜੀ ਕਪੂਰਥਲਾ ਰੋਡ ਤੋਂ, ਅਤੇ ਉੱਥੇ ਪੰਜਾਂ ਨੂੰ ਨਾਕਾਬੰਦੀ ਕੀਤੀ ਹੋਈ ਸੀ, ਇਨਫੋਰਮੇਸ਼ਨ ਮਿਲੀ ਸੀ, ਅਤੇ ਉਹਦੇ ਬਿਹਾਫ 'ਤੇ ਇਹਨਾਂ ਨੂੰ ਫੜ ਕੇ ਅਰੈਸਟ ਕੀਤਾ। ਸਰ ਪਹਿਲੇ ਵੀ ਇਹਨਾਂ 'ਤੇ ਕੋਈ ਪਰਚੇ? ਨਹੀਂ, ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। ਠੀਕ, ਥੈਂਕ ਯੂ। 23 ਦਸੰਬਰ ਕੀ ਰਾਤ ਕੋ ਇਨ ਪੰਜ ਆਰੋਪੀਆਂ ਨੇ ਸੋਚੀ ਸਮਝੀ ਸਾਜਿਸ਼ ਕੇ ਤਹਿਤ ਅਤੁਲ ਕੀ ਹੱਤਿਆ ਕਰ ਦੀ। ਪੁਲਿਸ ਨੇ ਇਸ ਮਰਡਰ ਕੇਸ ਕੀ ਗੁੱਤੀ ਕੋ 72 ਘੰਟੋਂ ਮੈਂ ਸੁਲਝਾ ਲਿਆ। ਆਰੋਪੀਓ ਕੀ ਪਹਿਚਾਣ ਸ਼ਾਮ ਸਿੰਘ ਪੁੱਤਰ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ, ਮਨਦੀਪ ਸਿੰਘ ਪੁੱਤਰ ਸ਼ਾਮ ਸਿੰਘ, ਗੁਰਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਸ਼ਾਮ ਸਿੰਘ, ਚਾਰੋਂ ਵਾਸੀ ਅੰਮ੍ਰਿਤਸਰ, ਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਬਸਤੀ ਪੀਰਦਾਰ ਜਲੰਧਰ ਕੇ ਤੌਰ ਪਰ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਆਗੇ ਕੀ ਕਾਰਵਾਈ ਸ਼ੁਰੂ ਕਰ ਦੀ ਹੈ। ਐਨਕਾਊਂਟਰ ਜਲੰਧਰ ਸੇ ਕੈਮਰਾਮੈਨ ਅਜੇ ਕੇ ਸਾਥ ਵਰੁਣ ਅਗਰਵਾਲ ਕੀ।